ਕੋਈ ਰੱਟਾ ਤੋਂ ਆਪਣੇ ਨਾਲ ਸਪੈਸ਼ਲੀ ਵੈਲਕਮ ਹੋ ਗਿਆ ਜੀ ਮੋਹਿਤ ਜੀ ਨੂੰ। ਹਾਂ ਇਹ ਕੌਣ ਦਿਲਵਾ ਕੁਰਾਨ ਚੌਧਰੀ ਮੇਰਾ ਸ਼ਹਿਜ਼ਾਦਾ ਭਤੀਜਾ ਆ ਗਿਆ ਜੀ ਮੇਰੇ ਨਾਲ ਲਵ ਯੂ ਹੋ ਗਿਆ ਜੀ ਜਨ ਇੱਕੋ ਹੀ ਗੇਮ ਨਹੀਂ ਵੱਡੀ ਭਾਈ ਵੈਲਕਮ ਹੋ ਗਿਆ ਜੀ ਜਿੰਦਾਬਾਦ ਜਨਾਬ ਥੈਂਕ ਯੂ ਹੋ ਗਿਆ ਜੀ ਮੁਫਤਾਂ ਦਾ ਸ਼ੁਕਰੀਆ ਮੁਹੰਮਦ ਮਨੀਰ ਬਾਈ ਆਪ ਲਾਈਵ ਵੇਖ ਲੈਣੇ ਸਾਨੂੰ ਸਸੀ ਸੁਣਾ ਵੈਸੇ ਦੋ ਮਿੰਟ ਅੱਛਾ ਜੀ ਵੈਲਕਮ ਹੋ ਗਿਆ ਅਨੀਸ ਰਹਿਮਾਨ ਬਾਈ ਵੈਲਕਮ ਹੋ ਗਿਆ ਕਾਸ਼ੀ ਰਾਂਝਾ ਸਾਹਿਬ ਵੈਲਕਮ ਹੋ ਗਿਆ ਜੀ ਨਾਸਰ ਅਲੀ ਸ਼ਾਮ ਸਾਹਿਬ ਵੈਲਕਮ ਹੋ ਗਿਆ ਜੀ ਅਲੀ ਖਾਨ ਪਿੰਡਾ ਵੀ ਹੋ ਗਿਆ ਜੀ ਪਿੰਜਰੇ ਵਿੱਚ ਮੋਹਰ ਹੁੰਦੇ ਜੀ ਡੀ ਕਿਉਂ ਆਗਾ ਸਾਹਿਬ ਪਿੰਜਰੇ ਵਿੱਚ ਮੋਹਰ ਹੁੰਦੇ ਛੱਡ ਜਾਂਦੇ ਨਸਲੀ ਨੀ ਕੁਝ ਹੋਰ ਹੁੰਦੇ ਮਿਹਰਬਾਨੀ ਸਕ੍ਰੀਨਸ਼ਾਟ ਹੋ ਗਿਆ ਬਾਅਦ ਦੇ ਵਿੱਚ ਦੱਸ ਸਾਹਿਬ ਮੁਗਲ ਬਾਈ ਵੈਲਕਮ ਹੋ ਗਿਆ ਵਾਹ ਨੰਬਰਦਾਰ ਵਾਹ ਬਾਈ ਪੁਆਇੰਟ ਨਹੀਂ ਪਤਾ ਜੀ ਡੀਜੇ ਦਾ ਗੁੱਸਾ ਛੱਡੋ ਸੁਮਾਨ ਮਹਿਮੂਦ ਬਾਈ ਵੀ ਵੈਲਕਮ ਹੋ ਗਿਆ ਜੀ 35 ਜੀ ਬਿਲਕੁਲ ਜੀ 35 ਪੁਆਇੰਟ ਪੋਜੀਸ਼ਨ ਜੀ 35 ਪੁਆਇੰਟ ਜਿਹੜੇ ਨੇ ਸਮਾਨ ਕਲੱਬ ਦੇ ਔਰ 27 ਪੁਆਇੰਟ ਨੇ ਜਨਾਬ ਕਸਰ ਵਾਲੀ ਕਲੱਬ ਮਦਰ ਰਾਈ ਵੈਲਕਮ ਪੁਆਇੰਟ ਹੋਣੇ ਜਾ ਰਹੀ ਹੈ ਵਾਲੀਬਾਲ ਕੀ ਜੰਗ ਹੋਣੇ ਜਾ ਰਹੀ ਹੈ ਜਨਾਬ ਮੈਚ ਬਣਾ ਦਾ ਸਾਹਿਬ
ਕਿਲੇ ਲੱਭਣਗੇ ਕਿ ਨਹੀਂ ਨਹੀਂ ਜਨਾਬ ਚੀਮਾ ਸਾਹਿਬ ਅੱਜ ਆਸ ਗਰਾਊਂਡ ਦੇ ਵਿੱਚ ਨਹੀਂ ਖੇਡਣਗੇ ਵਾਹ ਲੰਬੜਦਾਰਾ ਤੇਰੇ ਡਿਫੈਂਸ ਵਾਹ ਬਾਈ ਵਾਹ ਕਾਸ਼ਾ ਮਹਿਮੂਦ ਬਾਈ ਵਾਹ ਸਵਾਦ ਆ ਗਿਆ ਜੇ ਸਾਧ ਮੁਗਲ ਸਾਹਿਬ ਰਾਜਾ ਸ਼ਾਨੀ ਬਾਈ ਵੈਲਕਮ ਹੋ ਗਿਆ ਇੱਕ ਸ਼ਾਮ ਅਲੀ ਬਾਈ ਮੈਚ ਹੋ ਰਿਹਾ ਜੀ ਬਾ ਸਲਮਦਾਰ ਸਪੋਰਟਸ ਸਟੇਡੀਅਮ ਹਫਜ਼ਾਬਾਦ ਸਿਟੀ ਅਮਰ ਸੇਲ ਬਾਈ ਦਾ ਵੀ ਹੋ ਗਿਆ ਜਨਾਬ ਵੀਡੀਓ ਰੱਖੀ ਇਹਦੇ ਪੇਜ ਨੂੰ ਲਾਈਕ ਔਰ ਫੋਲੋ ਕਰ ਦਿਓ ਸਾਧ ਮੋਹਨ ਬਾਈ ਥੈਂਕ ਯੂ ਚੌਧਰੀ ਉਮਰ ਬਲਾਲ ਬਜਾੜ ਬਰਸਾ ਜਨਾਬ ਸਾਡੇ ਦੁਬਈ ਦਾ ਐਡਮਨ ਆਏ ਜੀ ਸਾਡੇ ਨਾਲ ਉਮਰ ਬਲਾਲ ਬਜਾੜ ਸਾਹਿਬ ਲਵ ਹੀ ਹੋ ਗਿਆ ਜੀ ਕੋਈ ਇੰਟਰਵਿਊ ਨਹੀਂ ਆ ਰਿਹਾ ਲੂਣਾ ਸਾਹਿਬ ਇੰਟਰਵਿਊ ਕਿਉਂ ਨਹੀਂ ਆ ਰਿਹਾ ਭਾਈ ਮਾਜਦ ਪੁੱਛ ਰਹੇ ਨੇ ਸਾਜਦ ਭਾਈ ਅੱਜ ਕੱਲ੍ਹ ਤੁਹਾਡਾ ਇੰਟਰਵਿਊ ਕਿਉਂ ਨਹੀਂ ਆ ਰਿਹਾ ਕੋਈ ਕਿਸੇ ਪਲੇਅਰ ਦਾ ਕਿਸੇ ਪਲੇਅਰ ਸਾਜਦ ਭਾਈ ਡਨ ਕਰੋ ਵੈਲਕਮ ਵਿਕਾਸ ਗੁਜਰ ਭਾਈ ਮੈਚ ਬੜਾ ਫਸ ਗਿਆ ਸਮਾਨ ਮਹਿਮੂਦ ਭਾਈ ਵੈਲਕਮ ਹੋ ਗਿਆ ਜੀ ਔਰ ਬਿਲਕੁਲ ਜੀ ਅੱਜ ਗਰਾਊਂਡ ਦੇ ਵਿੱਚ ਬੜੀਆਂ ਬੜੀਆਂ ਹਸਤੀਆਂ ਮੌਜੂਦ ਨੇ ਜੀ ਸਿਆਦ ਅਕਬਰ ਤਸਮੀ ਸਾਹਿਬ ਮੌਜੂਦ ਨੇ ਜੀ ਇੰਟਰਨੈਸ਼ਨਲ ਅਨਾਊਂਸਰ ਸਾਦ ਫਸੀ ਅਬਾਸ ਕਮਰਾ ਉਹ ਵੀ ਗਰਾਊਂਡ ਦੇ ਵਿੱਚ ਮੌਜੂਦ ਨੇ ਜੀ ਚੀਫ ਗੈਸਟ ਜੀ ਇੰਟਰਨੈਸ਼ਨਲ ਅਨਾਊਂਸਰ ਫਸੀ ਅਬਾਸ ਕਮਰਾ ਔਰ ਜ਼ਫਰ ਇਕਬਾਲ ਬਾਟ ਸਾਹਿਬ ਚੌਂਕਾ ਸਿੰਘ ਚੌਂਕਾ
جاؤ 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 بالکل جاؤ۔